मीठा कर के कौड़ा मीठा करके
ਸਕਦਾ ਪੜ੍ਹਿਆ ਲਿਖਿਆ ਨਹੀਂ ਕਰਦਾ। ਗੁਰਬਾਣੀ ਸੱਚ ਹੈ, ਜੀਵਨ ਦੀ ਅਸਲ ਕਹਾਣੀ ਉੱਥੇ ਲਫ਼ਜ਼ ਸਭ ਵਰਤ ਦਿੱਤਾ। ਭੁੱਲਣ ਅੰਦਰ ਸਭ ਹਰ ਕੋਈ ਭੁੱਲਦਾ, ਭੁੱਲ ਸਕਦਾ। ਜੀਵਨ ਦੇ ਲੰਬੇ ਸਫ਼ਰ ਵਿੱਚ ਕੋਈ ਮੋੜ ਐਸਾ ਆ ਸਕਦਾ ਹੈ ਜਿਸ ਮੋੜ ਤੇ ਆ ਕੇ ਮਨੁੱਖ ਭੁੱਲ ਜਾਏ, ਕੋਈ ਵੱਡੀ ਗੱਲ ਨਹੀਂ। ਭੁੱਲਣਾ ਗੁਨਾਹ ਨਹੀਂ, ਜਿਹੜਾ ਭੁੱਲ ਗਿਆ ਉਹੀ ਬਖਸ਼ਿਆ ਜਾਂਦਾ, ਬਖਸ਼ਿਸ਼ ਦੀ ਲੋੜ ਹੀ ਭੁੱਲ ਨੂੰ। ਜਿਹੜਾ ਭੁੱਲਿਆ ਹੀ ਨਹੀਂ ਉਹਨੂੰ ਬਖਸ਼ਿਸ਼ ਦੀ ਲੋੜ ਕੀ ਹੈ? ਤੇ ਜੇ ਬਖਸ਼ਿਸ਼ ਦੀ ਦੁਨੀਆਂ ਨੂੰ ਲੋੜ ਖਤਮ ਹੋ ਜਾਏ ਤੇ ਬਖਸ਼ਣ ਦੀ ਲੋੜ ਕੀ? ਰੱਬ ਵੀ ਗੁਰੂ ਵੀ ਬਖਸ਼ਣ ਦਾ ਖਵਾ ਕੇ ਕੀ ਲਏਗਾ? ਉਹਨੂੰ ਜੀਵਨ ਵਿੱਚ ਚਾਂਸ ਹੀ ਨਹੀਂ ਕਿਸੇ ਨੂੰ ਬਖਸ਼ਣ ਦਾ। ਜੀਵਨ ਦੀ ਸੱਚਾਈ ਮੈਂ ਜਦੋਂ ਕਿਸੇ ਸ਼ਬਦ ਦੀ ਵੀ ਇੱਕ ਤੁਕ ਸਾਹਮਣੇ ਲੈਂਦਾ, ਮੇਰੇ ਸਾਹਮਣੇ ਬੜੇ ਅਜੀਬ ਕਿਸਮ ਦੀ ਹਿਸਟਰੀ ਆਖ ਲੈਂਦੀ ਹੈ। ਹਰ ਕੋਈ ਭੁੱਲਦਾ, ਗੁਰੂ ਨੇ ਬਾਣੀ ਚੜ ਦਿੱਤਿਆ ਭੁੱਲਿਆ ਆਪ ਸਮਝਾਈ ਸੀ, ਐਡਾ ਦਿਆਲ ਹੈ, ਇੰਨਾ ਰਹਿਮਤਾਂ ਦਾ ਖਜ਼ਾਨਾ, ਕਿਸੇ ਨੂੰ ਵੀ ਨਹੀਂ ਕਹਿੰਦਾ ਤੂੰ ਇਹਨੂੰ ਬਖਸ਼ ਦੇ, ਕਹਿੰਦਾ ਨਹੀਂ ਮੈਨੂੰ ਆਪ ਸਮਝਾਉਣਾ ਭੁੱਲ ਗਿਆ, ਕੋਈ ਅਰਜ਼ ਨਹੀਂ। ਆਪਾਂ ਰੋਜ਼ ਪੜ੍ਹਨੇ ਹਮ ਭੂਲ ਵਿਗਾੜੇ ਦਿਨ ਸਰਾਤ
Orellana. तुम बख्शिश कर पर रेनू समझाना ही था तेरा काम है रुकने इस शब्द दी जेडी ये लाइन है बड़ा कुछ समझी बैठी है बच्चा है माँ दी गोदी विच आउंदा भुलदा है अनेक वारी पढ़ता है गुरु ने बाणी भी किया सुत अपराध करता है जेते जननी चीत ना रख देते वो समझते ये बच्चा है पर घर बैठा है नाराज नहीं बाकी अपन सोई ਵਿਸਾਖੀ ਦੇ ਸੰਬੰਧ ਵਿੱਚ ਇੱਕ ਸੰਦੇਸ਼ ਦੇ ਰਿਹਾ ਸੀ ਵੈਬਸਾਈਟ 'ਤੇ ਉਹਦੇ ਵਿੱਚ ਮੈਂ ਇੱਕ ਲਫ਼ਜ਼ ਵਰਤੇ ਸਨ ਕਿ ਲਫ਼ਜ਼ ਆਏ ਸਨ ਸਾਜਨਾ ਦਿਹਾੜਾ ਹੈ ਖਾਲਸੇ ਦਾ ਸਾਜਨ ਦਾ ਦਿਹਾੜਾ ਹੈ ਆਮ ਕਰਕੇ ਵਰਤੇ ਜਾਂਦੇ ਲਫ਼ਜ਼ ਸਨ ਅਤੇ ਮੈਂ ਉਸ ਮੈਸੇਜ ਵਿੱਚ ਇੱਕ ਗੱਲ ਆਰੰਭ ਕੀਤੀ ਸੀ ਭਲੇ ਉਹ ਸਾਜਨਾ ਦਿਹਾੜਾ ਬਹੁਤਾ ਲੰਬਾ ਚੌੜਾ ਨਹੀਂ ਹੁੰਦਾ ਮਾਂ ਬੱਚੇ ਨੂੰ ਜਨਮ ਦਿੰਦੀ ਇੱਕ ਦਿਨ ਇੱਕ ਪਲ ਵਿੱਚ ਹਾਂ ਇਹ ਗੱਲ ਵੱਖਰੀ ਹੈ ਕਿ ਉਹ ਦਿਨ ਉਹ ਪਲ ਉਹਦੀ ਜ਼ਿੰਦਗੀ ਦੀ ਯਾਦ ਬਣ ਜਾਂਦੀ ਹੈ ਜਦੋਂ ਵੀ ਕਦੀ ਨਾਮ ਲਿਖਿਆ ਜਾਂਦਾ ਉਸੇ ਦਿਨ ਦਾ ਹੀ ਲਿਖਿਆ ਤਾਰੀਖ ਲਿਖੀ ਜਾਂਦੀ ਹੈ ਉਸੇ ਦਿਨ ਦੀ ਲਿਖੀ ਜਾਂਦੀ ਪਰ ਤੁਸੀਂ ਇੱਕ ਖਿਆਲ ਕਰਿਓ ਮਾਂ ਦੀ ਡਿਊਟੀ ਤਾਂ ਹੁਣ ਸ਼ੁਰੂ ਹੋਈ ਹੈ ਜਨਮ ਦਿਨ ਹੀ ਡਿਊਟੀ ਨਹੀਂ ਜਿਸ ਦਿਨ ਬੱਚਾ ਗੋਦ ਵਿੱਚ ਆ ਗਿਆ ਹੈ ਮਾਂ ਦੀ ਡਿਊਟੀ ਤਾਂ ਹੁਣ ਸ਼ੁਰੂ ਹੋਈ ਹੈ ਮਾਂ ਦਾ ਪਤਾ ਤੇ ਗੋਦ ਵਿੱਚ ਆਉਣ ਤੋਂ ਬਾਅਦ ਲੱਗਣਾ ਜਨਮ ਤਾਂ ਉਸਦੀ ਮਜਬੂਰੀ ਵੀ ਹੋ ਸਕਦੀ ਹੈ ਖਿਆਲ ਕਰਿਓ ਅਗਲੇ ਫਰਜ਼ ਨੇ ਉਸਨੂੰ ਮਾਂ ਸਾਬਤ ਕਰਨਾ ਜਦੋਂ ਗੋਦੀ ਵਿੱਚ ਆਇਆ ਹੁਣ ਪਲ ਪਲ ਉਹਨੂੰ ਸੰਭਾਲਦੀ ਆਪਦੀ ਨੀਂਦ ਗੁਆ ਬੈਠੀ ਆਪਣਾ ਆਰਾਮ ਚੈਨ ਗੁਆ ਬੈਠੀ ਹਰ ਪਲ ਉਸਦਾ ਖਿਆਲ ਰੱਖਦੀ ਹੈ ਉਹਨੂੰ ਪਹਿਰਾਣਾ ਕੀ ਹੈ ਉਹਨੂੰ ਸੁਆਣਾ ਕਿਵੇਂ ਉਹਨੂੰ ਖੁਆਣਾ ਕਿਵੇਂ ਇਹਨੂੰ ਪੜਾਣਾ ਕਿਵੇਂ ਹੈ ਮਾਂ ਦੀ ਸੋਚ ਦੇ ਹਰ ਕੋਨੇ ਵਿੱਚ ਬੱਚੇ ਦੀ ਜ਼ਿੰਦਗੀ ਦੀਆਂ ਬੁਲੰਦੀਆਂ ਜਿਹੜੀਆਂ ਨੇ ਉਹਦਾ ਸੁਪਨਾ ਬਣ ਕੇ ਜਾਣੇ ਉਹ ਹੈ ਮਾਂ ਮੈਂ ਉਸ ਦਿਨ ਕਿਹਾ ਸੀ ਆਹ ਜਿਹੜਾ ਵਿਸਾਖੀ ਦਾ ਦਿਨ ਹੈ ਨਾ ਇਹ ਦਿਹਾੜਾ ਇਸ ਲਈ ਹੈ ਅਸੀਂ ਮਨਾਉਂਦੇ ਹਾਂ ਕਿਉਂਕਿ ਇਹ ਜਨਮ ਦਿਹਾੜਾ ਹੈ ਸਾਜਨਾ ਦਿਹਾੜਾ ਹੈ ਪਰ ਬਾਪੂ ਦੀ ਗੱਲ ਤਾਂ ਇੱਥੋਂ ਸ਼ੁਰੂ ਹੋਈ ਹੈ 200 ਵਾਰਾਂ ਬਾਪੂ ਨੇ 10 ਜਨਮਾਂ ਵਿੱਚ ਉਸ ਬੱਚੇ ਨੂੰ ਕਿਵੇਂ ਪਾਲਿਆ ਕਿਵੇਂ ਸੰਭਾਲਿਆ
ਬਾਣੀ ਦੀ ਗੁੜਤੀ ਦੇ ਦੇ, ਬਾਣੀ ਦੀ ਖੁਰਾਕ ਦੇ ਕੇ, ਬਾਣੀ ਦਾ ਭੋਜਨ ਦੇ ਦੇ ਕੇ ਕਿਵੇਂ ਪਾਲ ਕੇ ਵੱਡਾ ਕੀਤਾ। 200 ਵਰ੍ਹੇ ਲੱਗ ਗਏ ਤੇ ਫਿਰ ਉਹਨੂੰ ਆਖਿਆ ਲੈ ਆਹ ਭੋਜਨ ਦਾ ਖਜ਼ਾਨਾ ਵੀ ਤੈਨੂੰ ਦੇ ਜਾਣਾ ਸੀ ਗੁਰੂ ਗ੍ਰੰਥ, ਇਹਦੇ ਨਾਲ ਆਪਣੀ ਖੂਬਸੂਰਤੀ ਬਣਾਈ ਰੱਖੀ। ਇੱਥੇ ਜਾ ਕੇ ਮਾਂ ਦੇ ਫਰਜ਼ ਦਾ ਪਤਾ ਲੱਗਦਾ, ਮੇਰਾ ਜਨਮ ਦੇ ਨਹੀਂ ਮਾਂ ਦੇ ਫਰਜ਼ ਦਾ ਪਤਾ ਨਹੀਂ। ਬਸ ਮੈਂ ਇਹੋ ਗੱਲ ਗੁਰੂ ਦੇ ਲਈ, ਗੁਰੂ ਨੇ ਵਿਸਾਖੀ ਦੇ ਦਿਹਾੜੇ ਜਨਮ ਦਿੱਤਾ ਤੇ ਕਈ ਵਰੇ ਸਦੀਆਂ ਬੀਤ ਗਈਆਂ ਨੇ, ਪਾਲ ਰਿਹਾ ਸੰਭਾਲ ਰਿਹਾ ਭੁੱਲ ਬਖਸ਼ਣਾ ਵੀ ਮਾਂ ਦੀ ਉਸ ਮਮਤਾ ਦਾ ਹਿੱਸਾ ਹੈ। ਬੱਚੇ ਨੇ ਭੁੱਲ ਕਰਨੀ ਹੈ, ਮਾਂ ਨੇ ਬਖਸ਼ਣੀ, ਭੁੱਲ ਕਰਨਾ ਗੁਣਾ ਨੇ। ਹਾਂ, ਉਹ ਭੁੱਲ ਔਗੁਣ ਉਦੋਂ ਬਣਦੀ ਹੈ ਜਦੋਂ ਉਹੋ ਹੀ ਭੁੱਲ ਬੱਚਾ ਜਾਣ ਕੇ ਕਰੇ। ਮਾਂ ਰੋਕੇ ਸੁਣੀ ਨਾ, ਸੁਣੀਆਂ ਸੁਣੀ ਕਰਦੇ, ਉਹ ਸਮਝਾਈਏ ਜਾਏ ਉਹ ਸਮਝੇ ਹੀ ਨਾ, ਫਿਰ ਉਹ ਭੁੱਲ ਨਹੀਂ ਰਹਿੰਦੀ। ਗੁਰਬਾਣੀ ਨੇ ਆਖ ਦਿੱਤਾ ਮਨ ਜਾਣਤ ਸਭ ਵਾਰ ਜਾਣਤ ਹੀ ਔਗਣ ਕਰੇ। ਉਹ ਔਗਣ ਨੇ ਭੁੱਲ ਕੋਈ ਔਗਣ ਨੇ, ਦੁਨੀਆਂ ਅੰਦਰ ਭੁੱਲ ਕਰਦੇ ਨੇ ਤੇ ਭੁੱਲ ਫਿਰ ਮੁੜ ਕੇ ਸੁਧਾਰੀ ਜਾਂਦੀ ਹੈ। ਇਸ ਸ਼ਬਦ ਦੇ ਅੰਦਰ ਆ ਇੱਕ ਤਾਰੀਖ ਦਿੱਤੀ ਗਈ। ਗੁਰੂ ਕਹਿੰਦੇ ਨੇ ਮਿੱਠਾ ਕਰਕੇ ਕੌੜਾ ਖਾਇਆ, ਸ਼ਬਦ ਮਿੱਠਾ ਹੈ। ਦੁਨੀਆਂ ਅੰਦਰ ਹਰ ਮਨੁੱਖ ਦੀ ਇਹ ਚਾਹਤ ਹੈ ਮਿੱਠਾ, ਕੌੜਾ ਬਿਲਕੁਲ ਨਹੀਂ। ਕੌੜਾ ਤਾਂ ਉਹਦੀ ਮਜਬੂਰੀ ਹੋ ਸਕਦੀ, ਬੱਚੇ ਨੂੰ ਦਵਾਈ ਮਜਬੂਰ ਕਰਕੇ ਪਿਆਉਂਦੇ ਹੋ, ਉਹ ਬਿਮਾਰੀ ਉਸਦੀ ਮਜਬੂਰੀ ਹੈ, ਪਰ ਉਹ ਚਾਹੁੰਦਾ ਨਹੀਂ। ਇਹ ਬਾਣੀ ਵੀ ਆਖ ਦਿੱਤਾ, ਹਰ ਗੱਲ ਦਾ ਸਵਾਲ ਵੀ ਜਵਾਬ ਵੀ ਬਾਣੀ ਵਿੱਚ ਹੈ। ਗੁਰੂ ਕਹਿੰਦੇ ਨੇ ਚੰਗਾ ਲੱਗੇ।
ਮਾਂ ਨੂੰ ਪੁੱਤਰ ਪਿਆਰਾ, ਇਸ ਲਈ ਉਹਨੂੰ ਮਿੱਠਾ ਮੇਵਾ ਆਪ ਦਿੱਤਾ। ਹੈਂ ਕੌੜਾ ਮੇਵਾ ਲਿਆ ਮਿੱਠਾ ਮੇਰੀ ਚਾਹਤ, ਜਿਹੜੀ ਚਾਹਤ ਵਿੱਚ ਚੀਜ਼ ਸ਼ਾਮਿਲ ਹੈ ਉਹ ਮਿੱਠੀ ਹੈ, ਕੌੜਾ ਚਾਹਤ ਵਿੱਚ ਨਹੀਂ। ਦੁਨੀਆਂ ਅੰਦਰ ਚੰਗਿਆਈ ਦੀ, ਭਲੇ ਦਿਨਾਂ ਦੀ, ਖੁਸ਼ੀਆਂ ਦੀ ਨਿਸ਼ਾਨੀ ਮਿੱਠਾ, ਦੁਨੀਆਂ ਖੁਸ਼ੀਆਂ ਦੇ ਟਾਈਮ ਤੇ ਮਿੱਠਾ ਵੰਡਦੀ ਹੈ, ਗਮੀਆਂ ਦੇ ਟਾਈਮ ਤੇ ਕੋਈ ਨਹੀਂ ਮਿੱਠਾ। ਮਹਿਰਾਂ ਨੂੰ ਨਾ ਬਾਣੀ ਅੰਦਰ ਗੁਰੂ ਕਿੱਥੋਂ ਗਏ ਨੇ, ਕਹਿੰਦੇ ਵੀ ਇਹੋ ਕਾਰਨ ਹੈ ਰੱਬ ਨਾਲ ਸੰਬੰਧਿਤ, ਗੁਰੂ ਨਾਲ ਸੰਬੰਧਿਤ ਸਾਰੀਆਂ ਚੀਜ਼ਾਂ ਮਿੱਠੀਆਂ, ਕਿਤੇ ਆਖਿਆ ਹੋਵੇ ਬਾਣੀ ਕੌੜੀ ਹੈ। ਸਾਚੀ ਬਾਣੀ, ਸਾਚੀ ਬਾਣੀ ਮਿੱਠੀ ਅੰਮ੍ਰਿਤ ਧਾਰ, ਸਾਚੀ ਬਾਣੀ ਗੁਰ ਕੀ ਮਿੱਠੀ। ਰੱਬ ਦੀ ਬਾਣੀ ਕੌੜੀ ਨਹੀਂ ਹੋ ਸਕਦੀ, ਬਲਕਿ ਮੈਂ ਹੈਰਾਨ ਹੁੰਦਾ। ਇੱਥੋਂ ਤੱਕ ਆਖ ਦਿੱਤਾ ਰੱਬ ਤਾਂ ਕੌੜਾ ਬੋਲਣਾ ਹੀ ਨਹੀਂ ਜਾਣਦਾ, ਸਮਝਦੀ ਹੈ ਪਰ ਇਹ ਮਿਠਾਈਆਂ ਰੱਬ ਦੀ ਮਿਠਾਸ ਦੇ ਬਰਾਬਰ ਨਹੀਂ, ਉਹ ਇੰਨਾ ਮਿੱਠਾ ਹੈ। ਬਾਣੀ ਅੰਦਰ ਬਾਰ ਬਾਰ ਆ ਕੇ ਕਹਿਣ ਲੱਗੀ, ਸਵਾਮੀ ਬੋਲਾ ਹੋ ਸੰਭਲ ਤੱਕ
ਸ਼ਬਦ ਮਿੱਠਾ ਹੈ। ਹਰ ਚੀਜ਼ ਜਿਹੜੀ ਰੱਬ ਨਾਲ ਸੰਬੰਧਿਤ ਹੈ ਉਹ ਮਿੱਠੀ ਹੈ। ਔਰ ਗੁਰੂ ਨੇ ਇੱਥੋਂ ਤੱਕ ਆਖ ਦਿੱਤਾ, ਰੱਬ ਨਾਲ ਸੰਬੰਧਿਤ ਗੁਰਦੁਆਰੇ ਆਉਣ ਵਾਲੇ
ਵਾਲੇ ਲੋਕ ਜਿਹੜੇ ਨੇ ਕੌੜਾ ਨਹੀਂ ਪਾਉਂਦੇ, ਜ਼ਿਆਦਾ ਪਾਉਂਦੇ ਬਾਣੀ ਮਿੱਠੀ ਸ਼ਬਦ ਮਿੱਠਾ ਤੇ ਜੇ ਸਾਰਾ ਕੁਝ ਉਹਦੇ ਘਰ ਦਾ ਮਿੱਠਾ ਹੈ ਤੇ ਫਿਰ ਜੇ ਦੁਨੀਆਂ ਦੇ ਲੋਕਾਂ ਵਿੱਚ ਕੁੜੱਤਨ ਜ਼ਿਆਦਾ ਹੈ ਤੇ ਕਿਉਂ ਲੋਕ ਸਵਾਲ ਪੈਦਾ ਹੈ ਕਿਉਂ ਲੋਕ ਇਹਦਾ ਜਵਾਬ ਹੈ ਇਸ ਤੋਂ ਵਿੱਚ ਕਿਉਂਕਿ ਮਨੁੱਖ ਕੌੜਾ ਖਾ ਗਿਆ ਤੇ ਖਾ ਕਿਵੇਂ ਰਿਹਾ ਭੁੱਲ ਕੇ ਲਫ਼ਜ਼ ਇੱਥੇ ਭੁੱਲਦਾ ਆ ਜਾਂਦਾ ਭੁੱਲ ਕੇ ਖਾ ਰਿਹਾ ਆਹ ਕੌੜਾ ਦੇ ਆਪ ਵੱਲੋਂ ਮਿੱਠਾ ਖਾਣਾ ਚਾਹੁੰਦਾ ਗੱਲ ਆਪਣੇ ਆਪ ਸਾਹਮਣੇ ਆਪ ਵੱਲੋਂ ਮਿੱਠਾ ਖਾਣਾ ਚਾਹੁੰਦਾ ਰਾਤ ਵਾਲੇ ਸਬਜੈਕਟ ਨੂੰ ਮੰਨਣਾ ਤੋਰਨਾ ਚਾਹੁੰਦਾ ਸੀ ਹੁਣ ਕਿਹੜੀ ਅਜੀਬ ਗੱਲ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਜਿਹੜੇ ਤੁਹਾਡੀ ਸਾਡੀ ਝੋਲੀ ਪਾਉਣ ਵਾਸਤੇ ਅੰਮ੍ਰਿਤ ਲਿਆਉਣ ਤੇ ਅੰਮ੍ਰਿਤ ਵਿੱਚ ਪਾਉਣ ਸੰਸਾਰਕ ਤੌਰ ਤੇ ਚਲੋ ਹਾਲਾਂਕਿ ਉਹ ਮਿਠਾਸ ਪਤਾਸਿਆਂ ਦੀ ਸਰੀਰ ਨਾਲ ਸੰਬੰਧ ਰੱਖਦੀ ਹੈ ਜਿਹੜੀ ਬਾਣੀ ਦੀ ਮਿਠਾਸ ਵਿੱਚ ਘੋੜੀ ਹੈ ਸਾਡੇ ਜੀਵਨ ਅੰਦਰ ਮਿਠਾਸ ਉਸਨੇ ਘੋੜੀ ਸਾਡੇ ਅੰਦਰ ਤਾਂ ਜੀਵਨ ਦੇ ਅੰਦਰ ਤਾਂ ਬਾਣੀ ਦੀ ਮਿਠਾਸ ਵੀ ਨਹੀਂ ਆ ਰਹੀ ਪਰ ਸੰਸਾਰਕ ਤੌਰ ਤੇ ਵੀ ਜਦੋਂ ਅੰਮ੍ਰਿਤ ਤਿਆਰ ਕੀਤਾ ਹੈ ਉਦੋਂ ਬਾਟੇ ਖੰਡਾ ਪਾਣੀ ਤੇ ਵਿੱਚ ਉਹਦੇ ਪਤਾਸੇ ਵੀ ਪਾਏ ਨੇ ਮਿਠਾਸ ਦਾ ਸੰਬੰਧ ਰੱਖਣਾ ਨਾ ਔਰ ਮੈਂ ਹੈਰਾਨ ਹੁੰਦਾ ਜਦੋਂ ਭਾਈ ਚੋਪਾ ਸਿੰਘ ਦਾ ਰਹਿਤ ਆਉਂਦਾ ਉੱਥੇ ਕੋਲ ਬਹੁਤ ਕਹਿੰਦੇ ਚੋਪਾ ਸਿੰਘ ਕਹਿੰਦਾ ਮੈਨੂੰ ਗੁਰੂ ਨੇ ਗੁਰੂ ਸਿੰਘ ਪਾਤਸ਼ਾਹ ਜੀ ਨੇ ਕੋਲ ਬਿਠਾ ਲਿਆ ਤੇ ਕਹਿਣ ਲੱਗੇ ਜਾ ਕੇ ਬਾਟਾ ਲਿਆ ਉਹਦੇ ਵਿੱਚ ਪਾਣੀ ਪਾ ਪਾ ਸਾਰ ਕੁਝ ਲਿਖਿਆ ਲਿਖਤ ਵਿੱਚ ਕਰ ਦਿੱਤੀ ਤੇ ਉੱਥੇ ਜਪਜੀ ਸਾਹਿਬ ਤੇ ਆਨੰਦ ਸਾਹਿਬ ਪੜਿਆ ਉਹਦੀ ਭਾਈ ਚੋਪਾ ਸਿੰਘ ਦੇ ਰਤਨ ਦੇ ਮੁਤਾਬਕ ਦੋ ਬਾਣੀਆਂ ਦਾ ਜ਼ਿਕਰ ਹੈ ਰਤਨਾਮਾ ਦਸ ਮਿੰਟ ਪਿਆ ਜੀ ਕਿਸੇ ਨੂੰ ਵੇਖਣਾ ਦੋ ਬਾਣੀਆਂ ਦਾ ਜ਼ਿਕਰ ਹੈ ਜਪਜੀ ਸਾਹਿਬ ਤੇ ਆਨੰਦ ਸਾਹਿਬ ਪੜਿਆ ਤੇ ਆਖਿਆ ਕਰਨ ਹਿਲਾ ਉੱਥੇ ਲਫ਼ਜ਼ ਕਰਨ ਹੈ ਕਰਨ ਹਿਲਾ ਉਹਨੀ ਦੇਰ ਨੂੰ ਇੱਕ ਹੋਰ ਸਿੱਖ ਆਇਆ ਉਹਦਾ ਨਾਮ ਲਿਖਿਆ ਹੋਇਆ ਉਹਨੇ ਆਖਿਆ ਜੀ ਚੰਗਾ ਹੋਵੇ ਜੇ ਇਹਦੇ 'ਚ ਮਿਠਾਸ ਵੀ ਪਾ ਦਿਓ ਕੋਈ ਪਤਾਸੇ ਪਾ ਦਿਓ ਮਿੱਠਾ ਲੱਗੇ ਬੇਸ਼ੱਕ ਪੜ੍ਹ ਲਿਓ ਉਹ ਸਿੱਖ ਨੇ ਆ ਕੇ ਬੇਨਤੀ ਕੀਤੀ ਜੀ ਚੰਗਾ ਹੋਵੇ ਜੇ ਇਹਦੇ 'ਚ ਕੋਈ ਪਤਾਸੇ ਮਿਠਾਸ ਪਾ ਦਿਓ ਮਿੱਠਾ ਲੱਗੇ ਤੇ ਤਾਂ ਗੁਰੂ ਸਾਹਿਬ ਨੇ ਆਖਿਆ ਚੰਗਾ ਜੋ ਪਤਾਸੇ ਲਿਆਓ ਖੁਸ਼ੀ ਦਾ ਪ੍ਰਤੀਕ ਹੈ ਮਿਠਾਸ ਆਤਮਾ ਨੂੰ
ਜੀਵ ਆਤਮਾ ਨੂੰ ਸੁਭਾਅ ਨੂੰ ਮਿੱਠਾ ਕਰਨ ਵਾਸਤੇ ਬਾਣੀ ਹੈ। ਇਹ ਗੱਲ ਕਰੋ, ਪਤਾਸੇ ਵੀ ਮੂੰਹ ਮਿੱਠਾ ਕਰ ਸਕਦੇ ਨੇ, ਆਤਮਾ ਨਹੀਂ। ਸਾਡਾ ਦੁਖਾਂ ਕੀ, ਅਸੀਂ ਅੰਮ੍ਰਿਤਧਾਰੀ ਹੋ ਕੇ ਵੀ ਉਹਦੇ ਵਿੱਚ ਪਤਾਸੇ ਪਏ ਹੁੰਦੇ ਨੇ। ਅੰਮ੍ਰਿਤ ਛੱਕ ਕੇ ਵੀ ਕੌੜਾ ਕਿਉਂ ਬੋਲ ਰਿਹਾ? ਕਿਉਂਕਿ ਉਹ ਸਾਡਾ ਮੂੰਹ ਮਿੱਠਾ ਕਰਦੇ ਨੇ, ਅਜੇ ਤੱਕ ਬਾਣੀ ਸਾਡੇ ਅੰਦਰ ਨਹੀਂ ਗਈ। ਜੀਵ ਆਤਮਾ ਨੂੰ ਤਾਂ ਮਿੱਠਾ ਕਰਨਾ ਸੀ ਬਾਣੀ ਨੇ, ਸੁਭਾਅ ਨੂੰ ਮਿੱਠਾ ਕਰਨਾ ਸੀ ਬਾਣੀ ਨੇ, ਉਹ ਗਈ ਨਹੀਂ। ਮੈਂ ਹੈਰਾਨ ਹਾਂ, ਗੁਰੂ ਨੇ ਬਾਣੀ ਵਿੱਚ ਕਿਉਂ ਆਖ ਦਿੱਤਾ, ਕਹਿਣ ਲੱਗੇ ਇਹ ਕੁੜੱਤਨ ਕਿਉਂ ਹੈ, ਇਹ ਕੁੜੱਤਨ ਕਿਉਂ ਹੈ? ਕਹਿੰਦੇ ਨੇ ਇੱਕ ਭੁੱਲ ਹੋ ਗਈ। ਭੁੱਲ ਕੀ ਹੋਈ? ਸਮਝ ਕੇ ਕੌੜਾ ਖਾਂਦਾ, ਜਿਹਨਾਂ ਨੂੰ ਕੌੜੇ ਖਾਣ ਦੀ ਆਦਤ ਪੈ ਜਾਏ ਨਾ, ਫਿਰ ਉਹਨਾਂ ਨੂੰ ਕੌੜਾ ਨਹੀਂ ਲੱਗਦਾ, ਉਹ ਮਿੱਠਾ ਹੀ ਲੱਗਦਾ। ਸ਼ਰਾਬ ਪੀਣ ਵਾਲਿਆਂ ਨੂੰ ਸ਼ਰਾਬ ਕੋਈ ਕੌੜੀ ਥੋੜਾ ਲੱਗਦੀ ਹੈ, ਕੌੜੀ ਥੋੜਾ ਲੱਗਦੀ। ਕਹਿਣਾ ਨਹੀਂ ਚਾਹੁੰਦਾ ਮੇਰਾ ਕੋਈ ਸਮਾਂ ਗੁਜ਼ਰੇ। ਧਰਨੀ ਵੀ ਸਨ, ਗੁਰਦੁਆਰੇ ਵੀ ਸਵੇਰੇ ਆਉਂਦੇ ਸਨ, ਅੰਦਰ ਸਥਾਨ ਬਣਿਆ ਹੋਇਆ ਸੀ। ਪਰ ਆਪਣਾ ਜੀਵਨ, ਚਲੋ ਮੈਨੂੰ ਪਰਸਨਲ ਜੀਵਨ ਦਾ ਮੈਨੂੰ ਯਾਦ ਆ, ਜਦੋਂ ਗੁਰਦੁਆਰਿਆਂ ਕੜਾ ਪ੍ਰਸ਼ਾਦ ਲੈ ਕੇ ਨਿਕਲਣਾ ਨਾ, ਛੱਕ ਲੈਣਾ ਥੋੜ੍ਹਾ ਜਿਹਾ ਲੈ ਕੇ, ਬਾਹਰ ਨਿਕਲ ਕੇ ਫਲਾਸ਼ ਨੂੰ ਆਖਣਾ, ਚੰਗਾ ਹੁਣ ਕੋਈ ਪੈਕ ਲਿਆ ਤਾਂ ਕਿ ਮੇਰਾ ਮੂੰਹ ਮਿੱਠਾ ਹੋ ਗਿਆ। ਉਹ ਮਿਠਾਸ ਉਹਨੂੰ ਕੌੜੀ ਲੱਗਣੀ, ਤੇ ਕਿਸੇ ਆਪਣੀ ਮਿਠਾਸ ਦੀ ਲੋੜ ਪ੍ਰਤੀਤ ਕਰਨੀ। ਮੈਂ ਪ੍ਰਸ਼ਾਦ ਖਾ ਲਿਆ, ਇੱਕ ਪੈਕ ਲਿਆ, ਤੂੰ ਮੈਂ ਕਰ ਰਿਹਾ ਸਾ। ਜਿਸ ਨੂੰ ਕੁੜੱਤਨ ਮਿੱਠੀ ਲੱਗਣ ਲੱਗ ਪਏ, ਸਮਝੋ ਰੋਗੀ ਹੋ ਗਿਆ। ਲਓ ਇਹ ਬਾਣੀ, ਜਿਹਨੂੰ ਕੁੜੱਤਨ ਮਿੱਠੀ ਲੱਗਣ ਲੱਗ ਪੈਣਾ, ਬੱਚੇ ਦਾ ਕਈ ਵਾਰੀ ਬੁਖਾਰ ਕੁਝ ਦਿਨ ਚੜ੍ਹ ਜਾਏ ਨਾ, ਮੂੰਹ ਕੌੜਾ ਹੋ ਜਾਂਦਾ, ਫਿਰ ਉਹਨੂੰ ਮਿੱਠਾ ਵੀ ਖਵਾਓ, ਉਹਦਾ ਦਿਲ ਨਹੀਂ ਕਰਦਾ, ਉਹਨੂੰ ਚੰਗਾ ਨਹੀਂ ਲੱਗਦਾ। ਅਤੇ ਫਿਰ ਅਸੀਂ ਕੀ ਕਹਿੰਦੇ ਵੀ ਇਹਦਾ ਬੁਖਾਰ ਨਾਲ ਮੂੰਹ ਕੌੜਾ ਹੋ ਗਿਆ, ਔਰ ਰੋਗ ਵੀ ਮੂੰਹ ਕੌੜਾ ਕਰ ਦਿੰਦਾ। ਤੇ ਗੁਰੂ ਨੇ ਵੀ ਇਹੋ ਗੱਲ ਬਾਣੀ ਵਿੱਚ ਆਖੀ, ਕਹਿਣ ਲੱਗੇ ਮਿੱਠਾ ਕਰਕੇ ਕੌੜਾ ਖਾਇਆ, ਤਿੰਨ ਕੌੜੇ ਤਿੰਨ ਕੌੜੇ ਤਨ ਰੋਗ ਜਵਾਇਆ, ਰੋਗ ਦੀ ਨਿਸ਼ਾਨੀ ਬਣ ਗਏ। ਗੋਬਿੰਦ ਸਿੰਘ ਪਾਤਸ਼ਾਹ, ਉਹ ਭਾਇਓ ਗੁਰੂ ਤੇ ਇਲਜ਼ਾਮ ਨਾ ਲਾਓ, ਪੰਜਾਬ ਪਾਸੋਂ ਚੀਏ, ਪਤਾ ਨਹੀਂ ਕਿੰਨਾ ਲੋਕਾਂ ਨੇ ਸਾਡੇ ਨੂੰ ਉਲਝਾ ਦਿੱਤਾ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਸਾਡੀ ਝੋਲੀ ਅੰਮ੍ਰਿਤ ਪਾਣ ਵਾਲੇ, ਉਹ ਆਪ ਰਾਤੀ ਮਹਿਲਵਤ ਕਰ, ਉਹ ਆਪ ਆਖ ਰਹੇ ਹੋਣ ਕਿ ਮਹਾਂਕਾਲ ਸ਼ਰਾਬ ਪੀਂਦਾ, ਲਿਖ ਰਹੇ ਹੋਣ, ਤੇ ਫਿਰ ਭਲਾ ਇਹ ਕਹਿ ਸਕਦੇ ਨੇ ਮੈਂ ਮਹਾਂਕਾਲ ਦਾ ਉਪਾਸ਼ਕ ਹਾਂ? ਉਹ ਮੇਰਾ ਰੱਬ ਹੈ।
ਆਸ਼ਿਕ ਤਾਂ ਰੱਬ ਦੇ ਇੱਕ ਨਹੀਂ ਹੋ ਸਕਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਕਹਿ ਰਿਹਾ ਹੋਵੇ ਮੇਰਾ ਰੱਬ ਉਹ ਹੈ ਗੁਸਾਈ ਮਹਿੰਦਾ ਇੱਛੜਾ ਅੰਮ ਅਬੇ ਥਮੋ ਮਿੱਠੜਾ। ਸ੍ਰੀ ਗੁਰੂ ਗ੍ਰੰਥ ਸਾਹਿਬ ਕਹਿ ਰਿਹਾ ਹੋਵੇ ਮਿੱਠ ਬੋਲਦਾ ਜੀ ਹੈ ਸੱਜਣ ਸੁਆਮੀ ਮੋਰਾ ਉਹ ਮਿੱਠਾ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਇਹ ਗੱਲ ਕਹਿ ਸਕਦੇ ਨੇ ਕਿ ਮੇਰਾ ਗੁਸਾਈ ਮੇਰਾ ਮੈਂ ਜਿਹਦੀ ਉਪਾਸ਼ਨਾ ਕਰਨਾ ਮੇਰਾ ਇਸ਼ਟ ਜਿਹੜਾ ਉਹ ਸ਼ਰਾਬ ਪੀਣ ਵਾਲਾ ਨਾਲ ਲਿਖ ਰਿਹਾ ਹੁਣ ਵੀ ਇਹ ਸ਼ਰਾਬ ਪੀਣ ਵਾਲਾ ਇਹ ਗੱਲ ਜਿਸ ਦਿਨ ਨੇ ਬੜੀਆਂ ਸਾਜ਼ਿਸ਼ਾਂ ਨਾਲ ਇਹ ਇਲਜ਼ਾਮ ਗੁਰੂ ਤੇ ਲਾਏ ਗਏ ਨੇ। ਗੁਰੂ ਜਾਣਦਾ ਹੈ ਸ਼ਰਾਬ ਅੰਮ੍ਰਿਤ ਨਹੀਂ ਹੋ ਸਕਦੀ ਅੰਮ੍ਰਿਤ ਸ਼ਰਾਬ ਨਹੀਂ ਹੋ ਸਕਦੀ। ਇਹ ਗੱਲ ਵੱਖਰੀ ਹੈ ਕਿ ਕੋਈ ਭੁੱਲ ਕੇ ਪਛਾਣ ਹੀ ਨਾ ਸਕੇ ਇੰਨਾ ਮੂੰਹ ਕੌੜਾ ਹੋ ਜਾਏ ਇੰਨਾ ਰੋਗੀ ਹੋ ਜਾਏ ਕਿ ਉਹਨੂੰ ਇਹ ਪਤਾ ਹੀ ਨਾ ਹੋਵੇ ਜਪਜੀ ਕੀ ਹੈ ਤੇ ਜਾਪ ਕੀ ਹੈ। ਫਰਕ ਪਛਾਣੋ ਇਸ ਫਰਕ ਨੂੰ ਪਛਾਣਨ ਦੀ ਲੋੜ। ਗੁਰੂ ਕਹਿੰਦੇ ਨੇ ਭੁੱਲ ਹੋ ਜਾਣੀ ਕੋਈ ਗੁਨਾਹ ਨਹੀਂ ਅਸੀਂ ਵੀ ਕਰਦੇ ਰਹਿਣਾ ਭੁੱਲ ਹੋ ਜਾਣੀ ਕੋਈ ਗੁਨਾਹ ਨਹੀਂ ਲੇਕਿਨ ਭੁੱਲ ਸੁਧਾਰਨੀ ਨਾ ਇਹ ਗੁਨਾਹ ਹੈ। ਗੁਰੂ ਨੇ ਇਹੋ ਗੱਲ ਬਾਣੀ ਵਿੱਚ ਆਖੀ ਕਹਿਣ ਲੱਗੇ ਮਿੱਠਾ ਕਰਕੇ ਕੌੜਾ ਖਾਇਆ ਇੱਕ ਭੁੱਲ ਸੀ ਅਸੀਂ ਵੀ ਮਿੱਠਾ ਸਮਝ ਕੇ ਕੌੜਾ ਖਾਂਦੇ ਰਹੇ ਤਿੰਨ ਕੌੜੇ ਤਨ ਰੋਗ ਜਮਾਇਆ। ਪਰ ਅਗਲੀ ਲਾਈਨ ਵਿੱਚ ਕਹਿਣ ਲੱਗੇ ਜੇ ਫਿਰ ਮਿੱਠਾ ਪੀੜੇ ਪਾਏ ਉਹ ਭਰਿਆ ਜੇ ਅੰਦਰੋਂ ਕੁੜੱਤਨ ਖਤਮ ਕਰਨਾ ਚਾਹਣਾ ਤੇ ਭੁੱਲ ਨੂੰ ਸੁਧਾਰਨਾ ਜੇ ਅੰਦਰੋਂ ਇਸ ਰੋਗ ਦੀ ਕੁੜੱਤਨ ਖਤਮ ਕਰਨਾ ਚਾਹੁੰਦੇ ਭੁੱਲ ਨੂੰ ਸੁਧਾਰ ਲੈ ਜੇ ਹੁਣ ਵੀ ਕੌੜਾ ਛੱਡ ਦੇਵੇਂ ਤੇ ਮਿੱਠੀ ਬਾਣੀ ਨਾਲ ਜੁੜ ਜਾਏ ਤੇ ਫਿਰ ਅੰਦਰੋਂ ਕੁੜੱਤਨ ਚੁੱਕ ਜਾਏਗੀ ਖਤਮ ਹੋ ਜਾਏਗੀ ਅਰੋਗ ਹੋ ਜਾਏਗਾ ਬਾਣੀ ਦਾ ਫੈਸਲਾ ਕਹਿੰਦੇ ਜੇ ਬੇਠਾ
ਸੁਧਾਰ ਲਈ ਜਾਏ ਉਦੋਂ ਹੀ ਸੁਧਰ ਜਾਂਦੀ ਹੈ। ਗੁਰੂ ਭੁੱਲ ਸੁਧਾਰਨ ਨੂੰ ਗੁਨਾਹ ਨਹੀਂ, ਭੁੱਲ ਕਰਨ ਨੂੰ ਗੁਨਾਹ ਨਹੀਂ, ਭੁੱਲ ਨਾ ਸੁਧਾਰਨੀ ਗੁਨਾਹ ਹੈ। ਭੁੱਲ ਹੁੰਦੀ ਸਾਰਿਆਂ ਕੋਲ, ਹੁੰਦੀ ਸਾਡੇ ਕੋਲ, ਤੁਹਾਡੇ ਕੋਲ, ਪਰ ਅਫਸੋਸ ਅਤੇ ਦੁੱਖ ਉਦੋਂ ਹੁੰਦਾ ਜਦੋਂ ਭੁੱਲਣ ਨੂੰ ਸੁਧਾਰਨ ਦੀ ਬਜਾਏ, ਉਹ ਵੀ ਨਹੀਂ ਕਿ ਸਾਡੇ ਆਖੇ ਗੁਰੂ ਦੀ ਅਗਵਾਈ ਵਿੱਚ, ਜੇ ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਭੁੱਲਣ ਨੂੰ ਸੁਧਾਰਨ ਦੀ ਅਗਵਾਈ ਕਰਦਾ ਹੋਵੇ, ਫਿਰ ਵੀ ਅਸੀਂ ਤਾਂ ਕਰੀਏ। ਭੁੱਲਿਆ ਆਪ ਸਮਝਾਏ ਸੀ ਜਾਂ ਕੋ ਨਦਰ ਕਰੇ, ਜਦੋਂ ਰਹਿਮਤ ਕਰਦਾ ਉਹ ਭੁੱਲਿਆਂ ਨੂੰ ਸਮਝਾ ਕੇ, ਕੁਰਾਏ ਪੈਣ ਨੂੰ ਸਮਝਾ ਕੇ ਰਾਹ ਦੱਸਦਾ ਹੈ। ਇਹਨਾਂ ਸ਼ਬਦਾਂ ਨਾਲ ਫਿਲਮਾਂ ਦਾ ਜਾ ਚੱਕਾ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।